ਮੇਰੇ ਪਿੱਛੇ ਬੈਠੇ ਨੇ, ਕੋਈ ਵੀ ਆਪਸ ਵਿੱਚ ਗੱਲ ਨਾ ਕਰੇ। ਬਾਬਾ ਜੀ ਕਹਿੰਦੇ ਹਰ ਦਸ ਕਹਿੰਦੇ ਬਾਹਰ ਚਲਾਏ ਖਾਏ ਗੋਬਿੰਦ ਸਿੰਘ ਲਾਲ ਜੀ ਤੋਂ ਸਿੱਖ ਨਾ ਪਾਏ। ਫਿਰ ਨਾਮਾ ਵੇ ਪਰਬ ਕੀ ਉਸਤਤ ਕਰੋ ਸੰਤ ਮੀਰ ਸਾਵਧਾਨ ਹੈ ਕਾਗਲ ਜੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਅਗਰ ਕੋਈ ਹਰੀ ਜਸ ਹੋ ਰਿਹਾ ਹੋਵੇ ਉਹਦੇ ਵਿੱਚ ਗੱਲਾਂ ਚਲਾਉਂਦਾ ਤਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਮੈਨੂੰ ਨਹੀਂ ਪਾਉਂਦਾ। ਕੋਈ ਜ਼ਰੂਰੀ ਗੱਲ ਹੈ ਉਹ ਗੱਲ ਕਰੋ, ਦੁਨਿਆਵੀ ਗੱਲਾਂ ਨੇ ਬਾਅਦ ਵਿੱਚ ਕਰਿਓ ਕਿ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ। ਤੇ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬੜੇ ਪਿਆਰ ਵਿੱਚ ਸਾਰੇ ਬੱਚਿਆਂ ਨੇ ਹਾਜ਼ਰੀ ਭਰੀਏ। ਜੋ ਬੱਚੇ ਰਹਿ ਗਏ ਨੇ, ਹਰਗੁਣ ਨੇ ਪਿਛਲੀ ਵਾਰ ਹਾਜ਼ਰੀ ਭਰ ਲਈ ਸੀ, ਸਿਮਰਨ ਨੇ ਇਸ ਵਾਰ ਹਾਜ਼ਰੀ ਨਹੀਂ ਭਰੀ ਅਗਲੀ ਵਾਰ, ਤੇ ਮੰਨਤ ਨੇ ਵੀ ਹਾਜ਼ਰੀ ਨਹੀਂ ਭਰੀ ਉਹ ਵੀ ਅਗਲੀ ਵਾਰ। ਆਪਦੀ ਤਿਆਰੀ ਕਰਕੇ ਆਇਓ, ਰਸਤੀਨ ਨੂੰ ਵੀ ਬੇਨਤੀ ਉਹ ਵੀ ਤਿਆਰੀ ਕਰਕੇ ਆਏ, ਹੋਰ ਵੀ ਜੋ ਬੱਚੇ ਨੇ ਜਿਹਨਾਂ ਨੇ ਹਾਜ਼ਰੀ ਨਹੀਂ ਭਰੀ ਉਹ ਆਪਦੀ ਅਗਲੀ ਵਾਰ ਤਿਆਰੀ ਕਰਕੇ ਆਓ ਤੇ ਹਾਜ਼ਰੀ ਭਰੋ। ਸਾਨਵੀ ਨੇ ਵੀ ਜੋ ਕਥਾ ਸੁਣਾਉਣੀ ਸੀ ਉਹ ਅਗਲੀ ਵਾਰ ਸੁਣਾਏਗੀ, ਜਾਂ ਕੋਈ ਵੀ ਬੱਚਾ ਰਹਿ ਗਿਆ ਵੀ ਜਾਂ ਕੋਈ ਵੱਡਾ ਰਹਿ ਗਿਆ, ਤੋ ਸਾਰੇ ਆਪਦੀ ਤਿਆਰੀ ਕਰਕੇ ਆਓ। ਜਿਹਨੂੰ ਵਾਰੀ ਮਿਲ ਗਈ ਉਹਨੂੰ ਬਾਅਦ ਵਿੱਚ, ਜਿਹਨੂੰ ਵਾਰੀ ਨਹੀਂ ਮਿਲੀ ਉਹਨੂੰ ਪਹਿਲੇ ਗੁਰੂ ਸਾਹਿਬ ਦੀ ਸੇਵਾ ਲੈਣ। ਤੇ ਬੜੇ ਪਿਆਰ ਵਿੱਚ ਆਪ ਜੀ ਸਾਰੇ ਜੁੜ ਕੇ ਬੈਠੇ ਹੋ, ਇੱਕ ਵਾਰ ਪਿਆਰ ਵਿੱਚ ਆਖੋ ਵਾਹਿਗੁਰੂ ਵਾਹਿਗੁਰੂ, ਫਿਰ ਆਖੋ ਵਾਹਿਗੁਰੂ 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 ਵਾਹਿਗੁਰੂ। ਤੇ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਂਪੁਰਸ਼ ਕੁਟੀਆ ਸਾਹਿਬ ਵਾਲੇ, ਉਹਨਾਂ ਦੀ ਮਹਾਨ ਪਵਿੱਤਰ ਯਾਦ ਉਹਨੂੰ ਸਮਰਪਿਤ ਇਹ ਸਾਰਾ ਸਮਾਗਮ ਹੈ। ਤੇ ਬੜੇ ਪਿਆਰ ਵਿੱਚ ਆਪ ਜੀ ਸਾਰੇ ਜੁੜ ਕੇ ਬੈਠੇ ਹੋਏ ਨੇ। ਮੈਂ ਛੋਟਾ ਜਿਹਾ ਜ਼ਿਕਰ ਤੁਹਾਡੇ ਚਰਨਾਂ ਵਿੱਚ ਰੱਖ ਰਿਹਾ ਵਾਂ, ਕਿ ਕੀਰਤਨ ਦੀ ਹਾਲਤ ਹੀ ਸਾਰਿਆਂ ਨੇ ਪੜ੍ਹ ਲਈ ਹੈ। ਇੱਕ ਛੋਟਾ ਜਿਹਾ ਜ਼ਿਕਰ ਹੈ ਤੁਹਾਡੇ ਚਰਨਾਂ ਵਿੱਚ, ਉਹਦੇ ਬਾਅਦ ਆਨੰਦ ਸਾਹਿਬ ਜੀ ਦਾ ਪਾਠ। ਬੜੇ ਪਿਆਰ ਵਿੱਚ ਆਪ ਜੀ ਸੁਣਿਓ, ਬਿਲਕੁਲ ਟਿਕਾਓ ਬਖਸ਼ਿਓ ਤੁਹਾਡੇ ਚਰਨਾਂ ਵਿੱਚ, ਬੇਨਤੀ ਕੋਈ ਵੀ ਨਾ ਬੋਲਿਓ, ਕਿਉਂਕਿ ਕਈ ਜੁੜੇ ਹੁੰਦੇ ਨੇ ਉਹਨਾਂ ਦੀ ਫਿਰ ਬਿਰਤੀ ਟੁੱਟ ਜਾਏ। ਤੇ ਮਹਾਂਪੁਰਸ਼ਾਂ ਦਾ ਬਚਨ ਹੈ, ਜੁੜਨ ਤੋਂ ਵੱਡਾ ਪੁੰਨ ਨਹੀਂ ਤੋੜਨ ਤੋਂ ਵੱਡਾ ਪਾਪ। ਬੜੇ ਪਿਆਰ ਵਿੱਚ ਆਪ ਜੀ ਟਿਕਾਓ ਬਖਸ਼ਿਓ, ਬਿਲਕੁਲ ਵੀ ਗੱਲ ਨਾ ਕਰਿਓ। ਮਹਾਂਪੁਰਸ਼ਾਂ ਦੀ ਯਾਦ ਹੈ ਬਾਬਾ ਸੁਖਦੇਵ ਸਿੰਘ ਜੀ ਦੀ। ਦੋ ਤਰੀਕੇ ਦੇ ਮਨੁੱਖ ਪਾਏ ਜਾਂਦੇ ਨੇ, ਦੋ ਤਰੀਕੇ ਦੇ ਜੋ ਵਿਅਕਤੀ ਨੇ ਉਹ ਪਾਏ ਜਾਂਦੇ ਨੇ। ਇੱਕ ਉਹ ਜੋ ਮਹਾਂਪੁਰਸ਼ਾਂ ਦੀ ਨਿੰਦਾ ਕਰਦੇ ਨੇ, ਇੱਕ ਉਹ ਜੋ ਮਹਾਂਪੁਰਸ਼ਾਂ ਦੀ ਵਡਿਆਈ ਕਰਦੇ ਨੇ। ਸਾਰੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਆਪਾਂ ਮਹਾਂਪੁਰਸ਼ਾਂ ਦੀ ਵਡਿਆਈ ਕਰੀਏ ਉਸ ਕੈਟੇਗਰੀ ਵਿੱਚ ਆਈਏ। ਅਗਰ ਕਿਸੇ ਦੀ ਉਸਤਤ ਨਹੀਂ ਕਰ ਸਕਦੇ, ਕਿਸੇ ਦੀ ਵਡਿਆਈ ਨਹੀਂ ਕਰ ਸਕਦੇ, ਤੇ ਨਿੰਦਾ ਕਰਕੇ ਆਪਣੇ ਪੁੰਨ ਨਾ ਖਤਮ ਕਰੀਏ। ਇਹ ਵੀ ਤੁਹਾਡੇ ਚਰਨਾਂ ਵਿੱਚ ਬੇਨਤੀ। ਅਗਰ ਆਪਾਂ ਕਿਸੇ ਦੀ ਵਡਿਆਈ ਨਹੀਂ ਕਰ ਸਕਦੇ ਤੇ ਕਿਸੇ ਦੀ ਨਿੰਦਾ ਵੀ ਨਾ ਕਰੀਏ, ਕਿਉਂਕਿ ਬਾਣੀ ਕਹਿੰਦੀ ਨਿੰਦਾ ਭਲੀ ਕਿਸੇ ਕੀ ਨਾ। ਮਹਾਂਪੁਰਸ਼ ਤੇ ਦੂਰ ਦੀ ਗੱਲ ਹੈ, ਕਿਸੇ ਆਮ ਇਨਸਾਨ ਦੀ ਵੀ ਨਿੰਦਾ ਭਲੀ ਨਹੀਂ, ਕਿਸੇ ਦੀ ਨਿੰਦਾ ਆਪਾਂ ਕਦੇ ਵੀ ਨਾ ਕਰੀਏ। ਮੈਂ ਛੋਟਾ ਜਿਹਾ ਜ਼ਿਕਰ ਤੁਹਾਡੇ ਚਰਨਾਂ ਵਿੱਚ ਰੱਖ ਰਿਹਾ ਕਿ ਮਹਾਂਪੁਰਸ਼ਾਂ ਦੇ ਨਾਲ ਮਸ਼ਕਰੀ ਕਰਨਾ, ਮਹਾਂਪੁਰਸ਼ਾਂ ਦੇ ਨਾਲ ਮਜ਼ਾਕ ਕਰਨਾ ਕਿਤਨਾ ਵੱਡਾ ਇੱਕ ਸਾਡੇ ਲਈ ਪਾਪ ਹੈ। ਉਹ ਸੁਣਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਇੱਕ ਇਤਿਹਾਸਿਕ ਸਾਖੀ ਉਹ ਸੁਣਿਓ। ਇੱਕ ਰਾਜਾ ਹੋਇਆ ਅਜੇ, ਇਤਿਹਾਸ ਵਿੱਚ ਵੀ ਉਹਦਾ ਨਾਮ ਆਇਆ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਦਾ ਨਾਮ ਆਇਆ, ਰਾਜਾ ਅਜੇ। ਇਹ ਗੁਰੂ ਨਾਨਕ ਦੇਵ ਜੀ ਨੇ ਆਪ ਸ਼ਬਦ ਉਚਾਰਿਆ ਵੇ ਗੁਰੂ ਗ੍ਰੰਥ ਸਾਹਿਬ ਵਿੱਚ 953 ਅੰਗ ਤੇ ਇਹ ਸ਼ਬਦ ਹੈ, ਜੋ ਸਾਖੀ ਆਪ ਜੀ ਨੂੰ ਸੁਣਾਉਣ ਲੱਗਾ, ਇਤਿਹਾਸਿਕ ਸਾਖੀ ਹੈ। ਰਾਜਾ ਅਜੇ ਸੁਣਿਓ, ਮਸ਼ਕਰੀ ਕਰਨਾ ਕਿਤਨਾ ਵੱਡਾ ਪਾਪ ਹੈ, ਕਿਸੇ ਮਹਾਂਪੁਰਸ਼ਾਂ ਦੀ ਨਿੰਦਾ ਕਰਨਾ ਕਿਤਨਾ ਵੱਡਾ ਪਾਪ ਹੈ। ਇੱਕ ਹਿੰਦੂ ਧਰਮ ਦੇ ਮਹਾਂਪੁਰਸ਼ ਉਹ ਭਿੱਖਿਆ ਲੈ ਕੇ ਛਕਦੇ ਸੀ ਖਾਂਦੇ ਸੀ, ਤੇ ਜਦੋਂ ਉਹਨਾਂ ਨੇ ਭਿੱਖਿਆ ਲੈਣੀ ਤੇ ਜਦੋਂ ਭਿੱਖਿਆ ਪੂਰੀ ਹੋ ਜਾਣੀ ਉਹਦੇ ਬਾਅਦ ਨਹੀਂ ਮੰਗਦੇ ਸੀ, ਅੰਦਰ ਲਾਲਚ ਨਹੀਂ ਸੀ, ਸਿਰਫ ਉਤਨਾ ਹੀ ਮੰਗਣਾ ਜਿੰਨਾ ਰੋਜ਼ ਦਾ ਗੁਜ਼ਾਰਾ ਹੋ ਜਾਏ। ਇੱਕ ਦਿਨ ਮੰਗ ਰਹੇ ਸੀ ਤੇ ਮੰਗਦੇ ਮੰਗਦੇ ਰਾਜਾ ਅਜੇ ਉਹਦੇ ਦਰਬਾਰ ਦੇ ਨੇੜੇ ਪਹੁੰਚੇ, ਉਹ ਬਾਹਰ ਖੜਿਆ ਸੀ ਆਪਣੇ ਵਜ਼ੀਰਾਂ ਦੇ ਨਾਲ। ਤੇ ਜਦੋਂ ਵਜ਼ੀਰਾਂ ਦੇ ਨਾਲ ਖੜਿਆ ਸੀ, ਕੋਈ ਇੰਪੋਰਟੈਂਟ ਗੱਲ ਕਰ ਰਿਹਾ ਸੀ, ਤੇ ਇਹ ਜੋ ਮਹਾਂਪੁਰਸ਼ ਸਨ ਇਹਨਾਂ ਨੇ ਆਪਣਾ ਕਾਸਾ ਆਪਣਾ ਲੋਟਾ ਅੱਗੇ ਕਰਤਾ, ਕਹਿੰਦੇ ਮੈਨੂੰ ਕੁਛ ਭਿੱਖਿਆ ਵਿੱਚ ਦੇ ਦਿਓ। ਬੜੇ ਧਿਆਨ ਨਾਲ ਸੁਣਿਓ, ਕਹਿੰਦੇ ਮੈਨੂੰ ਕੁਛ ਭਿੱਖਿਆ ਵਿੱਚ ਦੇ ਦਿਓ। ਉਹਨੇ ਸੁਣ ਕੇ ਅੰਤ ਨਾ ਕਰਤਾ,
एक बार बोलिया महापुरशा ने, दूसरी बार फिर बोलिया कि मैनू कुछ भिक्षा विच दे दो। हुण राजा अजय उहदा मन कल्पिया होया सी किसी चीज तो, वो आपस इतनी टेंशन सी किसी चीज नू कल्पिया होया सी, ते घोड़े दे तबेले कोल खड़िया होया सी, ते जदों घोड़े दे तबेले कोल खड़िया होया सी तां उत्थे लिद पई सी घोड़े दी। इतिहासिक साखी घोड़े दी लिद पई होई सी, उहने कल्पना विच उहने गुस्से विच लिद चुकी ते महापुरशां ने कासे विच पाई थी। सारे आखो वाहेगुरू वाहेगुरू। जदों कासे विच पाई थी ना उस महापुरश ते अडोल, महापुरश ते निमाणे निर्वैर, उन्होंने लिद लई, कोई कितनों परंतु नहीं किया, मुस्कुराते हुए अगे चले गए। जदों अगे गए ना ते जाण दे बाद उन्हां दा कासा भी गंदा हो गया लिद दे नाल, फिर उहदे बाद कोई भिख्या नहीं मंगी, अपनी कुटिया विच वापस आ गए ते जंगल विच। जदों वापस आए, वापस आने दे बाद तकरीबन एक साल बीत गया, करते करते पांच साल बीत गए, करते करते सत साल बीत गए। जदों सत साल बीते ना, सत साल बाद कुदरती उही राजा अजय जंगल विच गया शिकार करन लई। जदों जंगल विच शिकार करन गया ते की देखदा वे कि एक कुटिया ने, उस कुटिया दे बाहर बहुत वड्डा सा पहाड़ वर्गा लिद दा ढेर पिया होया। सारे आखो वाहेगुरू वाहेगुरू। इतिहासिक साखी है, बहुत वड्डा लिद दा एक पहाड़ वर्गा टीला पिया होया। हुण उहदे अंदर आया कि इत्थे कोई महापुरश या कोई ऐसा राजा महाराजा वे जिहदे कोल बहुत सारे घोड़े ने, क्योंकि एक घोड़ा होए तो उहदी थोड़ी लिद होएगी, इतना वड्डा पहाड़ वर्गा लिद दा जो बनिया होया वे, इहदा मतलब उत्थे बहुत सारे घोड़े होंदे, उहदे कोल रिहा नहीं गया। उह कुटिया दे कोल पहुंचिया, जदों कुटिया दे कोल पहुंचिया ते उह महापुरशां दी कुटिया दे अंदर गया, महापुरश जुड़े होए सी। जदों महापुरशां दे कोल पहुंचिया ते महापुरशां नूं कहिंदा, कहिंदा महापुरशो तुहाडे कोल घोड़े ने? कहिंदा नहीं मेरे कोल कोई घोड़े नहीं। कहिंदा तुहाडी कुटिया दे बाहर ते दिल दा ढेर पिया होया वे। ते जदों महापुरशां ने देखिया ना उस राजे नूं, राजे नूं देख के याद आ गया कि इह उही राजा वे जिन्ने अज तों सत साल पहले मैनूं कासे विच जो दान सी ना उह दिल दे रूप विच दित्ता सी। मश्करी करना कितना भैड़ा वे, मश्करी करना कितना बुरा वे। ते जदों राजे ने यह गल पुछी ते महापुरश कहिंदे, कहिंदे मैनूं भुल गया वे? कहिंदा नहीं महापुरशो, आप जी दसो आप जी कौन हो? कहिंदे मैं उही हाँ जो सत साल पहले तेरे कोल आया सी, ते तूने मैनूं दान विच दक्षिणा विच घोड़े दे दे दित्ते सी। ते कहिंदे महापुरशो मैंने तुहानूं थोड़ी सी दित्ते सी ना तुहाडे कोल कोई घोड़े, ते दिल दा इत्थे बाहर ढेर क्यों किया, क्यों पिया होया वे? कहिंदे लिद कोई होर लिद नहीं है, इह लिद उही है जो मैं इत्थे अपने कुटिया दे बाहर रख दित्ती सी, अज सत साल दे बाद कि तेरी लिद दा प्यार समेत ढेर इकट्ठा हो गया। सारे आखो वाहेगुरू। दान जो है ना फलीभूत हुंदा है, असीं एक रुपया, पांच रुपए, दस रुपए या कोई होर चीज जदों चढ़ाने आ ना, फिर वह समय पा के फलदा वे, इह नहीं कि नहीं फलदा। बाबा जी कहिंदे इक तिल नहीं पन्ने काले, आपां नाम जपदे आ उह भी फलदा वे, सत्संग करदे आ उह भी फलदा वे, हर चीज फलदी है, चंगियाई भी फलदी है, बुरियाई भी फलदी है। उन्हें बुरियाई कीती उह फल गई। सत साल बाद हुण उह राजा कहिंदा, कहिंदा बाबा जी मेरे को बहुत वड्डी भूल, मेरे को बहुत वड्डी गलती हो गई जो मैं तुहाडे नाल मश्करी कीती, तुहाडे नाल मजाक कीता, मैं तुहानूं दान विच लिद देती, हुण इहदा की होएगा? हुण शब्द सुनियो, इह शब्द है जो गुरु नानक देव जी ने उचारिया ने। गुरु नानक देव जी ने कहा सारी दुनिया रो रही है, हर दुनिया रो रही है। देखो शुरुआत होती है अजय सुन रोए भिखिया कर। गुरु नानक देव जी कहते अजय राजा जिनकी साखी में सुना रहे, अजय सुन रोए भिखिया खाए ऐसी दरगे मिले सजाए। उन्हें कितनी बड़ी सजा मिली। फिर रोवे राम निकाला भया सीता लक्ष्मण बिछड़ गया। राम जी भी रोए, सीता तो बिछड़े, लक्ष्मण नाल सी, 14 साल का वनवास हो। पूरा शब्द आप ही पढ़ सकते हो, मैं थोड़ा समझ आना चाहता हूँ। पूरी डिटेल लिखी है कि हर कोई रोया है, भावे कोई पीर है भावे कोई पैगंबर है, हर कोई रोया है। आखिरी विच आता है कि बाली रोवे नाए पतार नानक दुखिया सब संसार। बाली भी रोया है, हर कोई रोया है, लेकिन इको ही जना हसदा है, वो कौन जिहदे पल्ले नाम है। साखी पूरी नहीं हुई, छोटी सी गल होर।
ਫਿਰ ਉਹਨੇ ਪੁੱਛਿਆ ਬਾਬਾ ਜੀ ਇਹਦਾ ਹੱਲ? ਕਹਿੰਦੇ ਇਹਦਾ ਕੋਈ ਹੱਲ ਨਹੀਂ, ਇਹ ਤੈਨੂੰ ਖਾਣੀ ਪਏਗੀ। ਫਿਰ ਜਦੋਂ ਤੂੰ ਲਿਨ ਦਾਲ ਵੀ ਦਿੱਤੀ ਸੀ ਮੈਨੂੰ ਖਾਣ ਲਈ, ਇਹ ਤੈਨੂੰ ਖਾਣੀ ਪਏਗੀ। ਕਹਿੰਦੇ ਬਾਬਾ ਜੀ ਮੈਂ ਕਿਵੇਂ ਖਾਵਾਂਗਾ? ਕਹਿੰਦੇ ਵੀ ਇੱਕ ਹੱਲ ਹੈ ਦੱਸ। ਬਾਬਾ ਜੀ ਕਹਿੰਦੇ ਕਿ ਇੱਕ ਹੱਲ ਹੈ। ਤੇ ਰਾਜਾ ਕਹਿੰਦਾ ਬਾਬਾ ਜੀ ਦੱਸੋ ਕੀ ਹੱਲ ਹੈ? ਕਹਿੰਦੇ ਹੁਣ ਆਪਣੇ ਰਜਵਾੜੇ ਜਾ, ਆਪਣੇ ਰਾਜ ਮਹਿਲ ਵਿੱਚ ਜਾ, ਉੱਥੇ ਆਪਣੀ ਨਿੰਦਾ ਕਰਾ ਜਾ ਕੇ। ਜਿਵੇਂ ਜਿਵੇਂ ਤੇਰੀ ਨਿੰਦਾ ਹੋਏਗੀ, ਉਵੇਂ ਉਵੇਂ ਇਹ ਜੋ ਪੁੱਲ ਨੇ ਨਾ ਤੇਰੇ ਜੋ ਸੜ ਗਏ ਸੀ ਉਹ ਵਧਣਾ ਸ਼ੁਰੂ ਹੋਣ ਦੇ। ਤੇਰੀ ਨਿੰਦਾ ਹੋਏਗੀ ਤੇ ਇਹ ਜੋ ਤੇਰੀ ਦਿੱਤੀ ਹੋਈ ਲਿੱਤੇ ਵਿਆਜ ਵਾਲੀ ਕੱਟੇਗੀ। ਫਿਰ ਉਹਨੇ ਆਪਣੀ ਨਿੰਦਾ ਕਰਾਈ, ਕਦੇ ਸ਼ਰਾਬ ਲੈ ਕੇ, ਕਦੇ ਆਪਣੇ ਨਾਲ ਕੋਈ ਹੋਰ, ਆਪਣੇ ਕਈ ਤਰੀਕੇ ਨਾਲ ਉਹਨੇ ਆਪਣੀ ਨਿੰਦਾ ਕਰਾਈਆਂ। ਜਦੋਂ ਨਿੰਦਾ ਕਰਾਉਂਦਾ ਰਿਹਾ ਇੱਕ ਸਾਲ ਬੀਤ ਗਿਆ। ਇੱਕ ਸਾਲ ਬਾਅਦ ਇੱਕ ਕਟੋਰੀ ਜਿੱਤਲੇ ਤੇ ਰਹਿ ਗਈ। ਤੇ ਉਹਦੇ ਬਾਅਦ ਮਾਂ ਪੁਰਸ਼ਾਂ ਨੂੰ ਕਹਿੰਦੇ, ਕਹਿੰਦਾ ਬਾਬਾ ਜੀ ਇੱਕ ਕਟੋਰੀ ਜਿੱਤਲੇ ਦੇ ਫਾਇਦਾ, ਕਹਿੰਦੇ ਇਹ ਮੂਲ ਹੈ, ਵਿਆਜ ਤੇ ਤੇਰੀ ਨਿੰਦਾ ਨਾਲ ਖਤਮ ਹੋ ਗਿਆ, ਹੁਣ ਇਹ ਮੂਲ ਹੈ, ਇਹ ਤੈਨੂੰ ਖਾਣਾ ਪਏਗਾ। ਕਹਿੰਦੇ ਬਾਬਾ ਜੀ ਕਿਵੇਂ ਖਾਵਾਂ? ਤੇ ਬਾਬਾ ਜੀ ਨੇ ਚੁਗਲੀ ਦਿੱਤੀ, ਕਹਿੰਦੇ ਇਹਨੂੰ ਧੁੱਪ ਵਿੱਚ ਸੁਖਾ, ਸੁਖਾਉਣ ਦੇ ਬਾਅਦ ਐਸਾ ਚੂਰਨ ਬਣਾ, ਚੂਰਨ ਬਣਾ ਕੇ ਜਦੋਂ ਤੂੰ ਕੁਛ ਖਾਏ ਤਾਂ ਉਹਦੇ ਵਿੱਚ ਮਿਲਾ ਕੇ ਖਾ। ਇਤਨੀ ਭੈੜੀ ਵੇ ਮਾਂ ਪੁਰਸ਼ਾਂ ਦੀ ਨਿੰਦਾ, ਇਤਨੀ ਭੈੜੀ ਹੈ ਮਾਂ ਪੁਰਸ਼ਾਂ ਦੀ ਮਸ਼ਕਰੀ। ਕਦੇ ਵੀ ਭੋਲੇ ਭਾਵ ਵੀ ਜਾਂ ਕਿਸੇ ਵੀ ਤਰੀਕੇ ਨਾਲ ਕਿਸੇ ਮਾਂ ਪੁਰਸ਼ਾਂ ਦਾ ਉੱਪਰਲਾ ਬੇਸ ਦੇਖ ਕੇ ਕਦੇ ਨਿੰਦਾ ਚੁਗਲੀ ਨਾ ਕਰੀਏ, ਕਿਉਂਕਿ ਮਹਾਂਪੁਰਸ਼ ਕਹਿੰਦੇ ਨੇ, ਗੁਰੂ ਸਾਹਿਬ ਜੀ ਕਹਿੰਦੇ ਨੇ ਸੰਤ ਸਮੂਹ ਅਨੇਕ ਮਤਿਕੇ, ਅਨੇਕ ਮਤ ਦੇ ਸੰਤ ਨੇ। ਇਸ ਕਰਕੇ ਕਦੀ ਵੀ ਅਸੀਂ ਭੁੱਲ ਕੇ ਕਿਸੇ ਵੀ ਮਹਾਂਪੁਰਸ਼ ਦੀ ਨਿੰਦਾ ਚੁਗਲੀ ਨਾ ਕਰੀਏ। ਤੇ ਗੁਰੂ ਨਾਨਕ ਦੇਵ ਜੀ ਨੇ ਵੀ ਭਾਈ ਮਰਦਾਨਾ ਜੀ ਨੂੰ ਕਿਹੜੇ ਬਚਨ ਕੀਤੇ ਸੀ? ਉਹਦੇ ਵਿੱਚ ਇੱਕ ਬਚਨ ਕੀਤਾ ਸੀ ਕਿ ਅਗਰ ਮੇਰੇ ਨਾਲ ਰਹਿਣਾ ਤੇ ਕਦੇ ਵੀ ਕਿਸੇ ਮਹਾਂਪੁਰਸ਼ਾਂ ਦੀ ਨਿੰਦਾ ਨਹੀਂ ਕਰਨੀ। ਅੱਜ ਮਹਾਂਪੁਰਸ਼ਾਂ ਦਾ ਅਸੀਂ ਜੋ ਬਰਸੀ ਦਾ ਦਿਹਾੜਾ ਮਨਾ ਲਿਆ, ਇਕੱਠੇ ਹੋਏ ਹਾਂ, ਗੁਰੂ ਸਾਹਿਬ ਦੀ ਕਿਰਪਾ ਕਰਨ ਸਾਰਿਆਂ ਦੇ ਹੱਥ ਤੇ ਲਗਾ ਲੈ। ਸਾਰਿਆਂ ਦਾ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ, ਸਾਰੀ ਕਮੇਟੀ ਦਾ ਵੀ, ਬੀਬੀ ਕਮਲੇਸ਼ ਕੌਰ ਮਾਡਾ ਜੀ ਤੇ ਸਰਦਾਰ ਜਗਜੀਤ ਸਿੰਘ ਜੀ ਔਰ ਜਿਤਨੇ ਆਪ ਜੀ ਸੰਗਤ ਬੈਠੇ ਹੋ, ਤੁਹਾਡੇ ਚਰਨਾਂ ਵਿੱਚ ਬੇਨਤੀ ਹੈ। ਅਗਲਾ 2 ਸਤੰਬਰ ਨੂੰ ਐਤਵਾਰ ਹੈ ਤੇ ਰਾਮਨਗਰ ਗੁਰਦੁਆਰੇ ਵਿਖੇ, ਐਵੇਂ ਹੀ ਸੰਡੇ ਨੂੰ ਉੱਥੇ ਰਾਤੀ 8 ਵਜੇ ਤੋਂ ਲੈ ਕੇ 9:15 ਵਜੇ ਤੱਕ ਸਾਰਾ ਭੋਗ ਪੈ ਜਾਏਗਾ। ਆਪ ਜੀ ਟਾਈਮ ਨਾਲ ਆਓ। ਅਗਲਾ ਜੋ ਹੋਰ ਉਪਰਾਲਾ ਹੋਏਗਾ ਤੁਹਾਨੂੰ ਦੱਸਦਾ ਜਾਏ। ਬੜੇ ਪਿਆਰ ਵਿੱਚ ਸਰਸਾ ਜੀ ਦਾ ਪਾਠ ਪੜ੍ਹੋ ਤੇ ਫਿਰ ਸਮਾਪਤ।